ਸਵਾਗਤ ਜੀ ਇੱਕ ਹੋਰ ਫਿਰ ਬ੍ਰੇਕ ਤੋਂ ਬਾਅਦ। ਪਿਛਲੇ ਕੁਝ ਸਮੇਂ ਤੋਂ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਅਤੇ ਹਰ ਹਫ਼ਤੇ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਤਲਵਨ ਨਾਲ, ਜਿਹੜੇ ਕਿ ਅੱਜ ਕੱਲ੍ਹ ਸਰੀ ਵਿੱਚ ਆਏ ਹੋਏ ਨੇ ਅਤੇ ਗੁਰਦੁਆਰਿਆਂ ਵਿੱਚ ਪ੍ਰਚਾਰ ਕਰ ਰਹੇ ਨੇ। ਅੱਜ ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਉੱਤੇ ਬਹੁਤ ਸਾਰੀ ਚਰਚਾ ਹੁੰਦੀ ਹੈ ਅਤੇ ਇਸ ਬਾਰੇ ਕਈਆਂ ਦਾ ਵੱਖਰਾ ਵਿਚਾਰ ਹੈ, ਕਈਆਂ ਦਾ ਕੁਝ ਹੋਰ ਕਹਿਣਾ ਹੈ, ਜਿਸ ਕਰਕੇ ਬਹੁਤ ਸਾਰੀ ਕਨਫਿਊਜ਼ਨ ਵੀ ਕਈ ਵਾਰੀ ਪੈਦਾ ਹੋ ਜਾਂਦੀ ਹੈ। ਬਾਣੀ ਵਿੱਚ ਵਾਰ ਵਾਰ ਇਸ ਸ਼ਬਦ ਨੂੰ ਅਸੀਂ ਪੜ੍ਹਦੇ ਹਾਂ ਅਤੇ ਇਹ ਸ਼ਬਦ ਹੈ ਸਿਮਰਨ। ਸਿਮਰਨ ਅਸਲ ਵਿੱਚ ਹੈ ਕੀ ਹੈ, ਕਿਸ ਕੋਂਟੈਕਸਟ ਵਿੱਚ ਗੁਰੂ ਸਾਹਿਬ ਨੇ ਇਸ ਲਫ਼ਜ਼ ਨੂੰ ਵਰਤਿਆ ਵਾਰ ਵਾਰ, ਆਓ ਇਸ ਸੰਬੰਧ ਵਿੱਚ ਜਾਣਕਾਰੀ ਲੈਣੇ ਭਾਈ ਬਲਜੀਤ ਸਿੰਘ ਤਲਵੰਦ ਤੋਂ। ਜੈਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਸਿਮਰਨ ਦੀ ਜਦ ਅਸੀਂ ਗੱਲ ਕਰ ਰਹੇ ਹਾਂ ਅਤੇ ਅੱਜ ਇਸ ਸ਼ਬਦ ਉੱਤੇ ਸ਼ਾਇਦ ਬਹੁਤ ਵੱਡਾ ਜਿਹੜਾ ਵਿਵਾਦ ਹੈ ਉਹ ਵੀ ਖਲੋ ਰਿਹਾ ਹੈਗਾ, ਕਿਉਂਕਿ ਕੁਝ ਲੋਕ ਜਿਹੜੇ ਨੇ ਉਹ ਕਿਸੇ ਹੋਰ ਤਰੀਕੇ ਨਾਲ ਇਸ ਨੂੰ ਐਕਸਪਲੇਨ ਕਰਦੇ ਨੇ, ਕੋਈ ਇਸ ਨੂੰ ਜੀਵਨ ਜਾਂਚ ਨਾਲ ਜੋੜ ਦਿੰਦੇ ਨੇ, ਕੋਈ ਅੱਖਾਂ ਮੀਚ ਕੇ ਕਹਿ ਦਿੰਦੇ ਨੇ ਜੀ। ਸੋ ਹੈ ਕਿ ਅਸਲ ਵਿੱਚ ਸਿਮਰਨ, ਜੇਕਰ ਗੁਰਬਾਣੀ ਨੂੰ ਸਿਰਫ ਮੁੱਖ ਰੱਖ ਕੇ ਅਸੀਂ ਦੇਖੀਏ ਧੜਿਆਂ ਤੋਂ ਉੱਤੇ ਉੱਠ ਕੇ, ਜੇ ਗੁਰਬਾਣੀ ਦੇ ਵਿੱਚ ਜੋ ਵਾਰ ਵਾਰ ਸਿਮਰਨ ਦਾ ਜ਼ਿਕਰ ਆਉਂਦਾ ਕੀ ਹੈਗਾ? ਗੁਰਬਾਣੀ ਦੇ ਵਿੱਚ ਬੜੇ ਸੌਖੇ ਲਫ਼ਜ਼ਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਸ ਨੂੰ ਐਕਸਪਲੇਨ ਕੀਤਾ ਹੈ ਕਿ ਸਿਮਰਨ ਜੋ ਹੈ ਉਹ ਕੋਈ ਤੋਤਾ ਰਟਣ ਨਹੀਂ ਹੈ ਜੀ। ਸਿਮਰਨ ਕੋਈ ਉੱਚੀ ਉੱਚੀ ਆਵਾਜ਼ਾਂ ਮਾਰਨਾ, ਕੂਕਣ ਦਾ ਨਾਮ ਨਹੀਂ ਹੈ। ਸਿਮਰਨ ਸਿਰਫ ਇੱਕ ਉਸ ਵਾਹਿਗੁਰੂ ਦੇ ਪ੍ਰੇਮ ਦੇ ਅੰਦਰ ਭਿੱਜ ਕੇ ਉਹਨੂੰ ਚੇਤੇ ਕਰਨ ਦਾ ਨਾਮ ਹੈ। ਸਿਮਰਨ ਦਾ ਅਖਰੀ ਅਰਥ ਹੈ ਯਾਦ ਕਰਨਾ, ਠੀਕ, ਉਸ ਵਾਹਿਗੁਰੂ ਨੂੰ ਯਾਦ ਕਰਨਾ, ਉਸ ਪਰਮੇਸ਼ਰ ਨੂੰ ਕਿਵੇਂ ਚੇਤੇ ਕਰਨਾ ਗੱਲ ਇਹ ਹੈ ਜੀ। ਕੋਈ ਉਹਨੂੰ ਕਿਸੇ ਢੰਗ ਨਾਲ ਯਾਦ ਕਰ ਲੈਂਦਾ, ਕੋਈ ਕਿਸੇ ਕਰਨਾ, ਇਹ ਕੋਈ ਗੱਲ ਨਹੀਂ ਜੀ। ਕਿਸੇ ਵੀ ਢੰਗ ਨਾਲ ਤੁਸੀਂ ਉਸ ਵਾਹਿਗੁਰੂ ਨੂੰ ਯਾਦ ਕਰ ਸਕਦੇ ਹੋ, ਕੋਈ ਨਾਮ ਲੈ ਕੇ ਉਹਨੂੰ ਤੁਸੀਂ ਯਾਦ ਕਰ ਸਕਦੇ ਹੋ, ਇਹ ਕੋਈ ਬੰਦਿਸ਼ ਨਹੀਂ ਹੈ ਕਿ ਉਹਨੂੰ ਰਾਮ ਕਹਿ ਕੇ ਹੀ ਚੇਤੇ ਕਰਨਾ ਜਾਂ ਉਹਨੂੰ ਅੱਲਾ ਕਹਿ ਕੇ ਹੀ ਯਾਦ ਕਰਨਾ ਜਾਂ ਉਹਨੂੰ ਵਾਹਿਗੁਰੂ ਕਹਿ ਕੇ ਹੀ ਯਾਦ ਕਰਨਾ। ਗੁਰਬਾਣੀ ਵਿੱਚ ਜਾਂ ਕਿਸੇ ਵੀ ਐਸੇ ਧਰਮ ਗ੍ਰੰਥ ਅੰਦਰ ਐਸਾ ਜ਼ਿਕਰ ਨਹੀਂ ਹੈ, ਕਿਉਂਕਿ ਸਾਰੇ ਧਰਮਾਂ ਨੇ ਇਹੀ ਗੱਲ ਆਖੀ ਹੈ ਕਿ ਪਰਮਾਤਮਾ ਇੱਕੋ ਹੀ ਹੈ, ਕੋਈ ਬਹੁਤੇ ਨਹੀਂ ਹੈ, ਪਰਮਾਤਮਾ ਇੱਕ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ, ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਗੱਲ ਸਾਡੇ ਸਾਹਮਣੇ ਰੱਖੀ ਕਿ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਹੈ, ਬਸ ਉਹਦੇ ਨਾਮ ਅਲੱਗ ਅਲੱਗ ਨੇ ਜੀ। ਉਸ ਵਾਹਿਗੁਰੂ ਦੇ ਸਿਮਰਨ ਨੂੰ ਕਰਨ ਤੋਂ ਭਾਵ ਉਹਨੂੰ ਯਾਦ ਕਰਨਾ। ਹੁਣ ਉਹਨੂੰ ਯਾਦ ਕਿਵੇਂ ਕੀਤਾ ਜਾਵੇ? ਅਸੀਂ ਕਈ ਵਾਰਾਂ ਦੇਖਦੇ ਹਾਂ ਕਿ ਕੋਈ ਹਿੰਦੂ ਵੀਰ ਹੈ, ਉਹ ਪਰਮਾਤਮਾ ਨੂੰ ਰਾਮ ਕਹਿ ਕੇ ਚੇਤੇ ਕਰਦਾ ਹੈ ਜੀ, ਜਾਂ ਕ੍ਰਿਸ਼ਨ ਕਹਿ ਲੈਂਦਾ, ਜਾਂ ਅਸੀਂ ਇਸਲਾਮ ਦੇ ਵਿੱਚ ਦੇਖਦੇ ਹਾਂ ਅਤੇ ਮੁਸਲਮਾਨ ਵੀਰ ਉਸ ਪਰਮਾਤਮਾ ਨੂੰ ਅੱਲਾ ਕਹਿ ਕੇ, ਰਹੀਮ ਕਹਿ ਕੇ, ਕਰੀਮ ਕਹਿ ਕੇ ਚੇਤੇ ਕਰਦਾ। ਸਿੱਖ ਧਰਮ ਦੇ ਵਿੱਚ ਅਸੀਂ ਅਕਾਲ ਪੁਰਖ ਜਾਂ ਵਾਹਿਗੁਰੂ ਕਹਿ ਕੇ ਉਹਨੂੰ ਚੇਤੇ ਕਰਦੇ ਹਾਂ। ਅਸੀਂ ਜਦੋਂ ਸਾਰੇ ਧਰਮਾਂ ਦਾ ਜਦੋਂ ਅਧਿਐਨ ਕਰਦੇ ਹਾਂ ਤਾਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਪਰਮਾਤਮਾ ਦੇ ਬਹੁਤ ਸਾਰੇ ਨਾਮ ਰੱਖੇ ਗਏ ਨੇ ਜੀ। ਪਰਮਾਤਮਾ ਦਾ ਅਸਲ ਨਾਮ ਕੀ ਹੈ ਇਹਦੇ ਬਾਰੇ ਕੋਈ ਨਹੀਂ ਜਾਣਦਾ ਹੈ। ਕਿਸੇ ਨੇ ਇਹ ਵੇਖਿਆ ਕਿ ਪਰਮਾਤਮਾ ਜਿਹੜਾ ਹੈ ਉਹ ਧਰਤੀ ਨੂੰ ਪਾਲਣ ਵਾਲਾ ਹੈ, ਇਸ ਕਰਕੇ ਉਹਦਾ ਨਾਮ ਰੱਖ ਦਿੱਤਾ ਗੋਪਾਲ। ਕਿਸੇ ਨੇ ਇਹ ਗੱਲ ਵੇਖੀ ਕਿ ਪਰਮਾਤਮਾ ਬੰਦਿਆਂ ਦੇ ਔਗਣ ਬਖਸ਼ ਦਿੰਦਾ, ਇਸ ਕਰਕੇ ਉਹਨੂੰ ਬਖਸ਼ਿੰਦ ਕਹਿ ਦਿੱਤਾ। ਕਿਸੇ ਨੇ ਦੇਖਿਆ ਕਿ ਉਹ ਰਹਿਮ ਕਰਨ ਵਾਲਾ ਹੈ, ਇਸ ਕਰਕੇ ਉਹਨੂੰ ਰਹੀਮ ਕਹਿ ਦਿੱਤਾ। ਕਿਸੇ ਨੇ ਵੇਖਿਆ ਕਿ ਉਹ ਕਰਮ ਕਰਨ ਵਾਲਾ ਹੈ, ਇਸ ਕਰਕੇ ਉਹਨੂੰ ਕਰੀਮ ਕਹਿ ਦਿੱਤਾ ਹੈ। ਭਾਵ ਕਹਿਣ ਦਾ ਪਰਮਾਤਮਾ ਦੇ ਕੰਮਾਂ ਨੂੰ ਵੇਖ ਕੇ, ਉਹਦੇ ਗੁਣਾਂ ਨੂੰ ਵੇਖ ਕੇ ਉਹਦੇ ਨਾਮ ਰੱਖੇ ਗਏ ਜੀ। ਅਤੇ ਅਸੀਂ ਉਸ ਵਾਹਿਗੁਰੂ ਨੂੰ ਕੋਈ ਰਾਮ ਕਹਿ ਕੇ ਚੇਤੇ ਕਰਦਾ, ਕੋਈ ਅੱਲਾ, ਕੋਈ ਗੋਪਾਲ, ਕੋਈ ਕ੍ਰਿਸ਼ਨ। ਰਾਮ ਦਾ ਅਰਥ ਜਿਹੜਾ ਰਮਿਆ ਹੋਇਆ, ਜਿਹਨੇ ਵੇਖਿਆ ਕਿ ਰਾਮ ਘੱਟ ਘੱਟ ਵਿੱਚ ਵਸਿਆ, ਇਸ ਕਰਕੇ ਉਹਨੇ ਰਾਮ ਕਹਿ ਦਿੱਤਾ। ਸੋ ਇੱਥੇ ਸਾਨੂੰ ਝਗੜਨ ਦੀ ਲੋੜ ਨਹੀਂ ਕਿ ਰਾਮ ਕਹਿਣਾ ਹੈ ਜਾਂ ਅੱਲਾ ਕਹਿਣਾ ਹੈ ਜਾਂ ਵਾਹਿਗੁਰੂ ਕਹਿਣਾ ਹੈ ਜੀ। ਸਾਨੂੰ ਇੱਥੇ ਝਗੜਨ ਦੀ ਲੋੜ ਨਹੀਂ ਹੈ, ਸਾਨੂੰ ਇੱਥੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਜੋ ਇਸ ਨਾਮ ਦੇ ਵਿੱਚ ਗੁਣ ਦੱਸਿਆ ਗਿਆ ਹੈ ਉਸ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਹੈ। ਸਿਮਰਨ ਦਾ ਮਤਲਬ ਹੀ ਇਹ ਹੈ, ਜੇ ਕੋਈ ਹਿੰਦੂ ਵੀਰ ਰਾਮ ਕਹਿੰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਸਿਰਫ ਜ਼ੁਬਾਨ ਤੋਂ ਰਾਮ ਨਾ ਕਵੇ, ਉਹ ਕਿਸੇ ਮੁਸਲਮਾਨ ਦੇ ਵਿੱਚੋਂ ਵੀ ਰਾਮ ਨੂੰ ਵੇਖੇ, ਉਹ ਕਿਸੇ ਵਾਹਿਗੁਰੂ ਕਹਿਣ ਵਾਲੇ ਦੇ ਵਿੱਚੋਂ ਵੀ ਰਾਮ ਨੂੰ ਵੇਖੇ, ਉਹ ਕਿਸੇ ਗੋਡ ਕਹਿਣ ਵਾਲੇ ਦੇ ਵਿੱਚੋਂ ਰਾਮ ਨੂੰ ਵੀ ਵੇਖੇ। ਰਾਮ ਕਹਿਣ ਦਾ ਮਤਲਬ ਹੈ ਕਿ ਘੱਟ ਘੱਟ ਵਿੱਚ ਵਸਦੇ ਵਾਹਿਗੁਰੂ ਨੂੰ ਵੇਖਣਾ। ਇਸ ਲਈ ਜੇ ਕੋਈ ਅੱਲਾ ਕਹਿੰਦਾ ਹੈ ਤਾਂ ਉਹ ਸਾਰਿਆਂ ਦੇ ਵਿੱਚੋਂ ਅੱਲਾ ਨੂੰ ਵੇਖੇ, ਰਾਈਟ। ਜੇ ਕੋਈ ਕਹਿੰਦਾ ਕਿ ਪ੍ਰਮਾਤਮਾ ਤੂੰ ਦਿਆਲੂ ਹੈ ਤਾਂ ਉਹਦੇ ਅੰਦਰ ਗੁਣ ਆਵੇ ਦਇਆ ਕਰਨੀ, ਠੀਕ, ਉਹਦੇ ਉੱਤੇ ਤਰਸ ਕਰਨਾ ਵੀ ਉਹਦੇ ਅੰਦਰ ਆਵੇ। ਪ੍ਰਮਾਤਮਾ ਦਾ ਨਾਮ ਜਪਣ ਤੋਂ ਭਾਵ ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਕਿ ਜਿਹੋ ਜਿਹਾ ਪ੍ਰਮਾਤਮਾ ਹੈ ਜੀ ਉਹੋ ਜਿਹਾ ਮੈਂ ਆਪਣੇ ਜੀਵਨ ਵਿੱਚ ਗੁਣ ਧਾਰਨ ਕਰਨੇ ਹਨ। ਕਬੀਰ ਸਾਹਿਬ ਜੀ ਨੇ ਬਹੁਤ ਹੀ ਪਿਆਰਾ ਬਚਨ ਆਖਿਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਪਰਮਾਤਮਾ ਦਾ ਸੇਵਕ ਪਰਮਾਤਮਾ ਵਰਗਾ ਹੀ ਹੋਣਾ ਚਾਹੀਦਾ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵੀ ਜਿਹੋ ਜਿਹਾ ਵਾਹਿਗੁਰੂ ਹੈ, ਪਰਮਾਤਮਾ ਹੈ, ਉਹੋ ਜਿਹਾ ਪਰਮਾਤਮਾ ਦਾ ਸੇਵਕ ਹੋਣਾ ਚਾਹੀਦਾ। ਇਸ ਕਰਕੇ ਜੇ ਉਹਦੇ ਵਰਗੇ ਬਣਨਾ ਤਾਂ ਸਾਨੂੰ ਪਹਿਲਾਂ ਫਿਰ ਉਹਦੇ ਗੁਣਾਂ ਨੂੰ ਜਾਣਨਾ ਪਏਗਾ।
ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਿਆਉਣਾ ਪਵੇਗਾ। ਬਿਲਕੁਲ, ਹੁਣ ਲੇਕਿਨ ਇਹਦੇ ਵਿੱਚ ਬਿਲਕੁਲ ਤੁਸੀਂ ਸਹੀ ਫਰਮਾਇਆ ਕਿ ਰੱਬ ਤਾਂ ਇੱਕੋ ਹੀ ਹੈ ਜੀ, ਤਰੀਕੇ ਵੱਖਰੇ ਹੋ ਸਕਦੇ ਨੇ ਪਰ ਮੰਜ਼ਿਲ ਇੱਕ ਹੈ। ਬਿਲਕੁਲ, ਪਰ ਕੀ ਤਰੀਕਿਆਂ ਦੀ ਜਦ ਅਸੀਂ ਗੱਲ ਕਰਦੇ ਹਾਂ ਕਿ ਬਾਣੀ 'ਚ ਕਿਤੇ ਕੋਈ ਤਰੀਕਾ ਵੀ ਦੱਸਿਆ ਕਿ ਰੱਬ ਨੂੰ ਯਾਦ ਕਿਵੇਂ ਕਰ। ਵੇਖੋ, ਕਈ ਵਾਰਾਂ ਐਸੇ ਲੋਕ ਵੀ ਹੈਗੇ ਨੇ ਜਿਹੜੇ ਇਹ ਆਖਦੇ ਨੇ ਕਿ ਇਸ ਢੰਗ ਨਾਲ ਸਿਮਰਨ ਕਰਨਾ ਚਾਹੀਦਾ ਹੈ, ਇਸ ਢੰਗ ਨਾਲ ਉਸਨੂੰ ਚੇਤੇ ਕਰਨਾ ਚਾਹੀਦਾ ਹੈ, ਸਾਹ ਤਾਂ ਲੈ ਕੇ ਚੇਤੇ ਕਰਨਾ ਚਾਹੀਦਾ ਜਾਂ ਹੇਠਾਂ ਕਰਕੇ ਚੇਤੇ ਕਰਨਾ ਚਾਹੀਦਾ, ਇਹ ਕੋਈ ਗੱਲ ਨਹੀਂ ਹੈ। ਗੁਰਬਾਣੀ ਦੇ ਵਿੱਚ ਇੱਕ ਗੱਲ ਸਪਸ਼ਟ ਕੀਤੀ ਗਈ ਹੈ। ਗੁਰੂ ਸਾਹਿਬ ਜੀ ਬੜੀ ਪਿਆਰੀ ਉਦਾਹਰਣ ਦੇ ਕੇ ਦੱਸਦੇ ਨੇ, ਜਿਵੇਂ ਆਪਾਂ ਡਾਕਟਰ ਦੇ ਕੋਲ ਜਾਂਦੇ ਹਾਂ, ਡਾਕਟਰ ਨੂੰ ਆਪਣਾ ਜਾ ਕੇ ਰੋਗ ਦੱਸਦੇ ਹਾਂ ਕਿ ਮੈਨੂੰ ਆਹ ਬਿਮਾਰੀ ਹੈ। ਡਾਕਟਰ ਪਹਿਲਾਂ ਟੈਸਟ ਕਰਦਾ, ਫਿਰ ਟੈਸਟ ਕਰਨ ਤੋਂ ਬਾਅਦ ਉਹ ਸਾਨੂੰ ਦਵਾਈ ਦਿੰਦਾ ਸਾਡਾ ਰੋਗ ਵੇਖ ਕੇ। ਉਹ ਦਵਾਈ ਦੇ ਕੇ ਨਾਲ ਇੱਕ ਗੱਲ ਆਖਦਾ ਕਿ ਇਸ ਦਵਾਈ ਦਾ ਅਸਰ ਤਾਂ ਹੋਵੇਗਾ ਜੇ ਤੂੰ ਪਰਹੇਜ਼ ਕਰੇਗਾ ਨਾਲ। ਜੇ ਤੂੰ ਪਰਹੇਜ਼ ਨਹੀਂ ਕਰੇਗਾ ਤਾਂ ਲੱਖ ਦਵਾਈ ਖਾ ਲਈ ਤੂੰ ਠੀਕ ਨਹੀਂ ਹੋਵੇਗਾ। ਬਿਲਕੁਲ, ਅਤੇ ਕੁਝ ਦਿਨਾਂ ਬਾਅਦ ਮਰੀਜ਼ ਵਾਪਸ ਜਾਂਦਾ ਅਤੇ ਆਖਦਾ ਡਾਕਟਰ ਸਾਹਿਬ ਨੂੰ ਜਾ ਕੇ, ਕਹਿੰਦਾ ਜੀ ਮੈਂ ਠੀਕ ਨਹੀਂ ਹੋਇਆ। ਡਾਕਟਰ ਪੁੱਛਦਾ ਕਿ ਮੈਂ ਤੁਹਾਨੂੰ ਦਵਾਈ ਦਿੱਤੀ ਸੀ ਉਹ ਤੁਸੀਂ ਖਾਧੀ? ਮਰੀਜ਼ ਕਹਿੰਦਾ ਜੀ ਹਾਂ ਮੈਂ ਦਵਾਈ ਖਾਧੀ। ਅਤੇ ਉਹ ਪੁੱਛਦਾ ਫਿਰ ਮੈਂ ਜੋ ਤੁਹਾਨੂੰ ਆਹ ਗੱਲਾਂ ਆਖੀਆਂ ਸਨ ਕਿ ਆਹ ਕੰਮ ਤੁਸੀਂ ਨਹੀਂ ਕਰਨੇ, ਆਹ ਚੀਜ਼ਾਂ ਨਹੀਂ ਖਾਣੀਆਂ, ਅਤੇ ਮਰੀਜ਼ ਆਖਦਾ ਕਿ ਜੀ ਇਹ ਤਾਂ ਮੈਂ ਕੀਤੀਆਂ ਨਹੀਂ, ਫਿਰ ਉਹਦਾ ਰੋਗ ਠੀਕ ਨਹੀਂ ਹੁੰਦਾ। ਡਾਕਟਰ ਫਿਰ ਉਹਨਾਂ ਨੂੰ ਤਾੜਨਾ ਕਰਦਾ ਕਿ ਤੁਹਾਡੀ ਇਹ ਦਵਾਈ ਤਾਂ ਅਸਰ ਕਰੇਗੀ ਜੇ ਤੁਸੀਂ ਪਰਹੇਜ਼ ਕਰੋਗੇ। ਗੁਰਬਾਣੀ ਦੇ ਵਿੱਚ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਐਕਸਪਲੇਨ ਕੀਤਾ ਹੈ ਸਿਮਰਨ ਨੂੰ। ਕਹਿੰਦੇ ਪਰਮਾਤਮਾ ਨੂੰ ਚੇਤੇ ਕਰਨਾ ਹੈ, ਅਤੇ ਜਿਵੇਂ ਪਰਮਾਤਮਾ ਦਾ ਨਾਮ ਇੱਕ ਦਵਾਈ ਹੈ, ਅਤੇ ਉਸ ਦਵਾਈ ਨੂੰ ਖਾਣ ਦਾ ਢੰਗ ਕੀ ਹੈ? ਮਨ ਦੀ ਇਕਾਗਰਤਾ। ਜੇ ਤੇਰੇ ਮਨ ਦੀ ਇਕਾਗਰਤਾ ਨਹੀਂ, ਮਨ ਟਿਕਿਆ ਹੋਇਆ ਨਹੀਂ, ਤਾਂ ਭਾਵੇਂ ਲੱਖਾਂ ਵਾਰ ਵਾਹਿਗੁਰੂ ਕਹਿ ਲਈ, ਲੱਖਾਂ ਵਾਰ ਰਾਮ ਰਾਮ ਕਹਿ ਲਈ, ਅੱਲਾ ਅੱਲਾ ਕਹਿ ਲਈ, ਉਹਦਾ ਕੋਈ ਫਾਇਦਾ ਨਹੀਂ ਹੋਣ ਵਾਲਾ, ਕਿਉਂਕਿ ਮਨ ਦੀ ਇਕਾਗਰਤਾ ਨਹੀਂ, ਮਨ ਕਿਸੇ ਹੋਰ ਪਾਸੇ ਹੈ। ਜ਼ੁਬਾਨ ਵਾਹਿਗੁਰੂ ਕਹਿ ਰਹੀ ਹੈ, ਜ਼ੁਬਾਨ ਅੱਲਾ ਅੱਲਾ ਕਰ ਰਹੀ ਹੈ, ਪਰ ਮਨ ਜਿਹੜਾ ਹੈ ਉਹ ਮਨ ਭੌਰ ਕਿਸੇ ਹੋਰ ਪਾਸੇ ਉੱਡਿਆ ਹੋਇਆ। ਇਸ ਕਰਕੇ ਸਾਡੇ ਅੰਦਰ ਉਹ ਗੁਣ ਆ ਨਹੀਂ ਪਾਉਂਦੇ, ਕਿਉਂਕਿ ਸਾਡਾ ਮਨ ਜਿਹੜਾ ਹੈ ਉਹ ਜੁੜਦਾ ਕੋਈ ਨਹੀਂ। ਸਿਮਰਨ ਦਾ ਇਹੀ ਢੰਗ ਹੈ ਕਿ ਮਨ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਵੇ, ਅਤੇ ਜ਼ੁਬਾਨ ਵਿੱਚੋਂ ਤਾਂ ਹੀ ਚੰਗਾ ਲੱਗੇਗਾ ਇਹ ਕਹਿਣਾ ਕਿ ਜੇ ਮੇਰੇ ਮਨ ਵਿੱਚ ਵੀ ਮੇਰੇ ਦਿਲ ਵਿੱਚ ਵੀ ਉਹ ਵਾਹਿਗੁਰੂ ਵੱਸਦਾ ਹੈ ਤਾਂ। ਜੀ, ਇੱਕ ਨਵਾਂ ਟ੍ਰੈਂਡ ਜੋ ਅਸੀਂ ਦੇਖ ਰਹੇ ਹਾਂ ਨਾਮ ਸਿਮਰਨ ਕੈਂਪਸ ਦਾ, ਅੱਜ ਆਪਣੇ ਪੰਥ ਵਿੱਚ ਬਹੁਤ ਸਾਰਾ ਇਹ ਇੱਕ ਨਵਾਂ ਟ੍ਰੈਂਡ ਅਸੀਂ ਦੇਖ ਰਹੇ ਹਾਂ ਕਿ ਵੱਖਰੇ ਵੱਖਰੇ ਤਰੀਕੇ ਨਾਲ ਲੋਕਾਂ ਨੂੰ ਨਾਮ ਦਾ ਅਭਿਆਸ ਕਰਵਾਇਆ ਜੀ, ਅਤੇ ਉਹੀ ਅਭਿਆਸ ਕਰਨ ਵਾਲੇ ਵਿਅਕਤੀ ਜਦੋਂ ਬਾਹਰ ਨਿਕਲਦੇ ਨੇ ਕੁਛ ਘੰਟੇ ਦੋ ਤਿੰਨ ਘੰਟੇ ਬਾਅਦ, ਉਹੀ ਕ੍ਰੋਧ, ਉਹੀ ਅਹੰਕਾਰ, ਉਹੀ ਸਭ ਕੁਝ ਦੇਖਿਆ ਜਾਂਦਾ ਹੈ ਜੀ, ਤਾਂ ਕੀ ਇਹ ਜੋ ਕੁਝ ਹੋ ਰਿਹਾ ਤੇ ਕੀ ਇਹ ਸਿੱਖੀ ਵਿੱਚ ਇਹਦੇ ਬਾਰੇ ਕੋਈ ਗੁਰਬਾਣੀ ਵਿੱਚ ਕੋਈ ਸਾਨੂੰ ਉਪਦੇਸ਼ ਮਿਲਦਾ ਹੈ, ਇਹਦਾ ਕੋਈ ਰੈਲੇਵੈਂਸ ਹੈਗੀ ਜੀ? ਭਗਤ ਨਾਮਦੇਵ ਜੀ ਦਾ ਇੱਕ ਬਹੁਤ ਪਿਆਰਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਭਗਤ ਨਾਮਦੇਵ ਜੀ ਆਖਦੇ ਨੇ, ਕਹਿੰਦੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠਦੇ ਨੇ ਅਤੇ ਦੱਸਣ ਦਾ ਯਤਨ ਕਰਦੇ ਨੇ ਕਿ ਮੈਂ ਸਿਮਰਨ ਕਰ ਰਿਹਾ ਹਾਂ, ਮੈਂ ਵਾਹਿਗੁਰੂ ਨੂੰ ਚੇਤੇ ਕਰਦਾ ਹਾਂ, ਅਤੇ ਉਹ ਫਿਰ ਉਹਨਾਂ ਲੋਕਾਂ ਦੇ ਵਾਸਤੇ ਇੱਕ ਬੜਾ ਸਖਤ ਸ਼ਬਦ ਵਰਤਦੇ ਨੇ। ਉਹ ਆਖਦੇ ਨੇ, ਕਹਿੰਦੇ ਜਿਵੇਂ ਇੱਕ ਸੱਪ ਆਪਣੀ ਕੁੰਜ 'ਤੇ ਉਤਾਰ ਦਿੰਦਾ ਹੈ ਪਰ ਆਪਣੀ ਜ਼ਹਿਰ ਨਹੀਂ ਛੱਡਦਾ, ਕਹਿੰਦੇ ਇਹ ਹਾਲਤ ਉਹਨਾਂ ਲੋਕਾਂ ਦੀ ਹੈ, ਸਾਂਪ ਕੁੰਜ ਛੋੜਦਾ ਬਿਖ ਨਹੀਂ ਛੱਡਦਾ। ਸੱਪ ਆਪਣੀ ਕੁੰਜ 'ਤੇ ਉਤਾਰ ਬੈਠਾ ਪਰ ਆਪਣੀ ਜ਼ਹਿਰ ਨਹੀਂ ਛੱਡਦਾ। ਇਸੇ ਤਰ੍ਹਾਂ ਮਨੁੱਖ ਆਪਣੇ ਧਰਮ ਦਾ ਲਿਬਾਸ ਪਹਿਨ ਛੱਡ ਕੇ ਕਿਸੇ ਹੋਰ ਦੇ ਧਰਮ ਦਾ ਲਿਬਾਸ ਪਹਿਨ ਲੈਂਦਾ, ਕਦੇ ਕਿਸੇ ਢੰਗ ਨਾਲ ਸਿਮਰਨ ਕਰਨ ਲੱਗ ਜਾਂਦਾ, ਕਦੇ ਕਿਸੇ ਢੰਗ ਨਾਲ, ਪਰ ਜੋ ਅੰਦਰ ਔਗਣ ਨੇ ਉਹਨਾਂ ਦਾ ਤਿਆਗ ਨਹੀਂ ਕਰਦਾ। ਅਗਲੀ ਗੱਲ ਉਹਨਾਂ ਨੇ ਬੜੀ ਪਿਆਰੀ ਆਖੀ, ਕਹਿੰਦੇ ਜਿਵੇਂ ਇੱਕ ਬਗਲਾ ਉਹ ਨਦੀ ਦੇ ਕਿਨਾਰੇ 'ਤੇ ਖਲੋਤਾ ਇੱਕ ਲੱਤ ਦੇ ਭਾਰ, ਦੇਖਣ ਨੂੰ ਇੰਝ ਜਾਪਦਾ ਕਿ ਉਹ ਕੋਈ ਸੀਖ ਜਾਂ ਕੋਈ ਡੱਖਾ ਖਲੋਤਾ ਹੋਇਆ ਹੈ, ਲੱਗਾ ਹੋਇਆ ਵਿੱਚ ਖੁੱਬੇ ਪਾਣੀ ਦੇ, ਪਰ ਜਦੋਂ ਕੋਈ ਮੱਛੀ ਉਹਦੇ ਨੇੜੇ ਆਉਂਦੀ ਹੈ ਤਾਂ ਉਹ ਬਗਲਾ ਜਿਹੜਾ ਹੈ ਉਹ ਛੇਤੀ ਦੇਣੀ ਚੁੰਝ ਮਾਰਦਾ ਅਤੇ ਉਸ ਮੱਛੀ ਨੂੰ ਪਕੜ ਕੇ ਉੱਡ ਜਾਂਦਾ। ਬਸ ਇਸੇ ਤਰ੍ਹਾਂ ਹੀ ਇਹਨਾਂ ਲੋਕਾਂ ਦੀ ਇਹ ਹਾਲਤ ਹੈ ਜਿਹੜੇ ਵਾਰੋਂ ਵਾਰੋਂ ਤਾਂ ਵਾਹਿਗੁਰੂ ਕਹਿੰਦੇ ਨੇ ਪਰ ਅਸਲ ਵਿੱਚ ਇਹ ਲੋਕਾਂ ਨੂੰ ਭਰਮਾਉਣ ਵਾਸਤੇ ਹੀ ਇਹ ਪਖੰਡ ਕਰ ਰਹੇ ਨੇ। ਨਾਮਦੇਵ ਜੀ ਆਖਦੇ ਨੇ, ਕਹਿੰਦੇ ਉਦਕ ਮਾਹੇ ਜੈਸੇ ਬਗ ਧਿਆਨ ਮੰਡ ਹੈ। ਉਦਕ ਦਾ ਅਰਥ ਹੁੰਦਾ ਪਾਣੀ, ਪਾਣੀ ਦੇ ਵਿੱਚ ਜਿਵੇਂ ਬਗਲਾ ਧਿਆਨ ਲਾ ਕੇ ਖਲੋਂਦਾ, ਇਸੇ ਤਰ੍ਹਾਂ ਇਹ ਲੋਕ ਬਾਹਰੋਂ ਬਾਹਰੋਂ ਧਰਮ ਦੀਆਂ ਗੱਲਾਂ ਕਰਦੇ ਨੇ, ਬਾਹਰੋਂ ਬਾਹਰੋਂ ਸਿਮਰਨ ਦੀਆਂ ਗੱਲਾਂ ਕਰਦੇ ਨੇ ਪਰ ਅਸਲ ਵਿੱਚ ਸਿਮਰਨ ਨਹੀਂ। ਅਤੇ ਅਗਲੀ ਗੱਲ ਉਹਨਾਂ ਨੇ ਆਖੀ, ਕਹਿੰਦੇ ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਕਹਿੰਦੇ ਜਦ ਆਪਣਾ ਮਨ ਸ਼ੁੱਧ ਨਹੀਂ ਹੈ, ਮਨ ਦੇ ਵਿੱਚ ਮੈਲ ਹੈ, ਸਵੇਰੇ ਵਾਹਿਗੁਰੂ ਵਾਹਿਗੁਰੂ ਕੀਤਾ ਹੈ, ਰਾਮ ਰਾਮ ਕਿਹਾ ਅਤੇ ਘਰ ਜਾ ਕੇ ਆਪਣੀ ਘਰਵਾਲੀ ਨੂੰ ਮੰਦੇ ਬੋਲ ਕਹਿੰਦਾ, ਆਪਣੇ ਬੱਚਿਆਂ ਨੂੰ ਮਾੜੇ ਬੋਲ ਕਹਿੰਦਾ, ਘਰ ਵਿੱਚ ਕੰਮ ਕਰਨ ਵਾਲੇ ਨੂੰ ਉਹਨੂੰ ਭੈੜੇ ਸ਼ਬਦ ਵਰਤਦਾ, ਅਤੇ ਫਿਰ ਉਹ ਸਿਮਰਨ ਕਰਨ ਦਾ ਉਹ ਵਾਹਿਗੁਰੂ ਕਹਿਣ ਦਾ ਫਾਇਦਾ ਕੀ ਹੋਇਆ? ਸੋ ਬੇਸਿਕਲੀ ਉਹ ਤੁਹਾਡੇ ਜੀਵਨ ਵਿੱਚ ਰਿਫਲੈਕਟ ਹੋਣਾ ਚਾਹੀਦਾ ਸੀ, ਉਹ ਜਿਹੜਾ ਨਹੀਂ ਹੋ ਰਿਹਾ ਤਾਂ ਇਹ ਪਖੰਡ ਹੈ। ਜਿਸ ਤਰ੍ਹਾਂ ਤੁਸੀਂ ਮਨ ਦੀ ਇਕਾਗਰਤਾ ਦੀ ਗੱਲ ਕੀਤੀ ਹੈ, ਤਾਂ ਕੀ ਇਹ ਇਕਾਗਰਤਾ ਸਿਰਫ ਅੱਖਾਂ ਮੀਚ ਕੇ ਹੀ ਹੋ ਸਕਦੀ ਹੈ
ਜਾਂ ਤੁਰਦਿਆਂ ਫਿਰਦਿਆਂ ਵੀ ਅਸੀਂ ਉਸ ਰੱਬ ਨੂੰ ਧਿਆ ਸਕਦੇ ਹਾਂ? ਜੀ ਨਹੀਂ, ਐਸਾ ਨਹੀਂ ਹੈ, ਕਿਸੇ ਵੀ ਐਸਾ ਜ਼ਿਕਰ ਨਹੀਂ ਹੈ ਕਿ ਤੁਸੀਂ ਕਿਸੇ ਭੋਰੇ ਦੇ ਵਿੱਚ ਬੈਠ ਕੇ ਸਿਮਰਨ ਕਰੋ ਜਾਂ ਕਿਸੇ ਗੁਪਤ ਜਗ੍ਹਾ ਦੇ ਵਿੱਚ ਬੈਠ ਕੇ ਸਿਮਰਨ ਕਰੋ, ਐਸਾ ਗੁਰਬਾਣੀ ਦੇ ਵਿੱਚੋਂ ਤਾਂ ਮੈਨੂੰ ਕਿਤੇ ਪੜ੍ਹਨ ਵਾਸਤੇ ਨਹੀਂ ਮਿਲਿਆ ਜੀ, ਕਿਉਂਕਿ ਆਪਾਂ ਗੁਰਬਾਣੀ ਨੂੰ ਆਧਾਰ ਬਣਾ ਕੇ ਹੀ ਚੱਲਦੇ, ਕਿਉਂਕਿ ਗੁਰਬਾਣੀ ਹੀ ਸਾਨੂੰ ਸੋਝੀ ਦਿੰਦੀ ਹੈ। ਇਸ ਲਈ ਆਪਾਂ ਜੋ ਵੀ ਸਵਾਲ ਹੈ ਉਹ ਆਪਾਂ ਗੁਰਬਾਣੀ ਵਿੱਚੋਂ ਹੀ ਉਹਦਾ ਜਵਾਬ ਲੈਂਦੇ, ਅਤੇ ਗੁਰੂ ਸਾਹਿਬ ਜੀ ਨੇ ਇਹਦੇ ਬਾਰੇ ਵੀ ਸਪਸ਼ਟ ਸ਼ਬਦ ਆਖੇ ਨੇ, ਜਿਵੇਂ ਤ੍ਰਿਲੋਚਨ ਜੀ ਦੇ ਅਤੇ ਨਾਮਦੇਵ ਜੀ ਇਹ ਸਮਕਾਲੀ ਭਗਤ ਹੋਏ ਨੇ, ਸਮਕਾਲੀ ਭਗਤ ਹੋਏ, ਅਤੇ ਇਹਨਾਂ ਦਾ ਜ਼ਿਕਰ ਕਬੀਰ ਸਾਹਿਬ ਜੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਕੀਤਾ ਹੈ। ਤ੍ਰਿਲੋਚਨ ਜੀ ਨੇ ਸੁਣਿਆ ਕਿ ਨਾਮਦੇਵ ਬੜਾ ਵੱਡਾ ਭਗਤ ਹੈ, ਉਹਨਾਂ ਦਾ ਬੜਾ ਨਾਮ ਮਸ਼ਹੂਰ ਸੀ ਉਸ ਵੇਲੇ, ਮਨ ਅੰਦਰ ਇੱਛਾ ਹੋਈ ਕਿ ਕਿਉਂ ਨਾ ਮੈਂ ਵੀ ਨਾਮਦੇਵ ਜੀ ਨੂੰ ਮਿਲਾਂ, ਅਤੇ ਇਹ ਇੱਛਾ ਲੈ ਕੇ ਉਹ ਨਾਮਦੇਵ ਜੀ ਦੇ ਪਿੰਡ ਆਏ। ਜਦੋਂ ਉਹਨਾਂ ਦੇ ਘਰ ਪਹੁੰਚੇ ਤਾਂ ਕੀ ਵੇਖਿਆ, ਨਾਮਦੇਵ ਜੀ ਤਾਂ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਹੋਏ ਨੇ। ਇਹ ਵੇਖ ਕੇ ਮਨ ਅੰਦਰ ਸ਼ੰਕਾ ਉੱਠਿਆ ਕਿ ਇਹਨੂੰ ਤਾਂ ਲੋਕ ਕਹਿੰਦੇ ਨੇ ਇਹ ਭਗਤ ਹੈ ਪਰਮਾਤਮਾ ਦਾ, ਇਹ ਤਾਂ ਬੰਦਗੀ ਕਰਦਾ, ਸਿਮਰਨ ਬਹੁਤ ਕਰਦਾ, ਅਤੇ ਕਹਿੰਦੇ ਇਹ ਬੰਦਾ ਤਾਂ ਆਪਣੇ ਕੰਮਾਂ ਦੇ ਵਿੱਚ ਲੱਗਾ ਹੋਇਆ। ਬਿਲਕੁਲ, ਉਹੀ ਸ਼ਬਦ ਜੋ ਉਚਾਰਿਆ ਉਹਨਾਂ ਨੇ, ਬਹੁਤ ਮਸ਼ਹੂਰ ਸ਼ਬਦ ਹੈ, ਇਸ ਨੂੰ ਅਸੀਂ ਤੁਹਾਡੇ ਕੋਲ ਸਰਵਨ ਕਰਨੇ ਇਸ ਬ੍ਰੇਕ ਤੋਂ ਬਾਅਦ। ਜੀ, ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਵਿਚਕਾਰ ਹੋਈ ਵਾਰਤਾਲਾਪ ਜੋ ਹੈ ਇਹ ਸਾਨੂੰ ਜੀਵਨ ਜਾਂਚ ਦੱਸਦੀ ਹੈ, ਅਤੇ ਸਿਮਰਨ ਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਮਿਸਕਨਸੈਪਸ਼ਨਸ ਨੇ ਉਸਨੂੰ ਦੂਰ ਕਰਦੀ ਹੈ। ਆਓ ਭਾਈ ਸਾਹਿਬ, ਭਾਈ ਬਲਜੀਤ ਸਿੰਘ ਤਲਵੰਦ ਤੋਂ ਜੋ ਸ਼ਬਦ ਉਚਾਰਿਆ ਗਿਆ ਉਸਨੂੰ ਸਰਵਨ ਕਰਦੇ ਹਾਂ, ਅਤੇ ਕੀ ਸਿੱਖਣ ਦੀ ਲੋੜ ਹੈ ਇਸ ਬਾਰੇ ਜਾਣਕਾਰੀ ਲੈਣੀ। ਜੀ ਭਾਈ ਸਾਹਿਬ, ਉਸ ਵਕਤ ਜੋ ਤ੍ਰਿਲੋਚਨ ਜੀ ਦੇ ਮਨ ਦੇ ਅੰਦਰ ਸ਼ੰਕਾ ਪੈਦਾ ਹੋਇਆ ਉਸ ਨੂੰ ਕਬੀਰ ਸਾਹਿਬ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਇੰਜ ਬਿਆਨ ਕੀਤਾ ਕਿ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ। ਤ੍ਰਿਲੋਚਨ ਜੀ ਆਖਦੇ ਨੇ ਕਿ ਨਾਮਾ ਅਤੇ ਮਾਇਆ ਦੇ ਵਿੱਚ ਗਲਤਾਨ ਹੈ, ਇਹ ਤਾਂ ਕੰਮ ਧੰਦਿਆਂ ਦੇ ਵਿੱਚ ਲੱਗਿਆ, ਇਹ ਪਰਮਾਤਮਾ ਦੇ ਨਾਲ ਕਦੋਂ ਜੁੜਦਾ ਹੋਏਗਾ, ਪਰਮਾਤਮਾ ਦੀ ਬੰਦਗੀ ਕਦੋਂ ਕਰਦਾ ਹੋਏਗਾ? ਅਤੇ ਫਿਰ ਉਹਨਾਂ ਨੇ ਨਾਮਦੇਵ ਜੀ ਨੇ ਅੱਗੋਂ ਫਿਰ ਇਸ ਗੱਲ ਦਾ ਜਵਾਬ ਦਿੱਤਾ। ਨਾਮਦੇਵ ਜੀ ਨੇ ਆਖਿਆ ਕਿ ਤ੍ਰਿਲੋਚਨ ਜੀ, ਪਰਮਾਤਮਾ ਦੀ ਭਗਤੀ ਕੋਈ ਬਗਲ ਸਮਾਧੀਆਂ ਲਾ ਕੇ ਨਹੀਂ ਹੁੰਦੀ, ਪਰਮਾਤਮਾ ਦੀ ਭਗਤੀ ਕਿਤੇ ਲੁਕ ਕੇ ਨਹੀਂ ਕੀਤੀ ਜਾਂਦੀ, ਪਰਮਾਤਮਾ ਦੀ ਭਗਤੀ ਤਾਂ ਮਨ ਦੇ ਨਾਲ ਹਿਰਦੇ ਨਾਲ ਹੋਣੀ ਹੈ, ਉਹ ਹੱਥਾਂ ਪੈਰਾਂ ਦੇ ਨਾਲ ਨਹੀਂ ਹੋਣੀ। ਇਸ ਲਈ ਉਹਨਾਂ ਨੇ ਆਖਿਆ, ਨਾਮਾ ਕਹਿ ਤ੍ਰਿਲੋਚਨਾ ਮੁਖ 'ਤੇ ਨਾਮ ਸੰਭਾਲ, ਹੱਥ ਪਾਉਂ 'ਤੇ ਕਾਮ ਸਭ ਚੀਤ ਨਿਰੰਜਨ ਨਾਲ, ਵੀ ਆਪਣਾ ਚਿੱਤ ਆਪਣਾ ਹਿਰਦਾ ਉਸ ਵਾਹਿਗੁਰੂ ਨਾਲ ਜੋੜ ਕੇ ਰੱਖ, ਅਤੇ ਹੱਥਾਂ ਪੈਰਾਂ ਦੇ ਨਾਲ ਆਪਣੇ ਕੰਮ ਕਰ, ਕਾਰਜ ਕਰ। ਇਹ ਗੱਲ ਉਹਨਾਂ ਨੇ ਇਹ ਸਪਸ਼ਟ ਕਰ ਦਿੱਤੀ ਕਿ ਸਿਮਰਨ ਜਿਹੜਾ ਹੈ ਉਹ ਕਿਸੇ ਤਰ੍ਹਾਂ ਸਮਾਧੀ ਲਾ ਕੇ ਜਾਂ ਅੱਖਾਂ ਬੰਦ ਕਰਕੇ ਨਹੀਂ, ਸਿਮਰਨ ਹੈ ਉਹ ਮਨੁੱਖ ਦੀ ਜੀਵਨ ਜਾਂਚ ਹੈ, ਉਹ ਤੁਰਦਿਆਂ ਹਰ ਵੇਲੇ ਹਰ ਵਕਤ ਹਰ ਸਮੇਂ ਉਸਨੂੰ ਚੇਤੇ ਰੱਖਣਾ ਸਿਮਰਨ ਹੈ। ਤੁਸੀਂ ਜਿਵੇਂ ਅਸੀਂ ਗੁਰਦੁਆਰੇ ਦੇ ਵਿੱਚ ਜਾ ਕੇ ਮੰਦਰ ਦੇ ਵਿੱਚ ਜਾ ਕੇ ਇਹ ਭੈ ਰੱਖਦੇ ਹਾਂ ਕਿ ਇੱਥੇ ਗੁਰੂ ਸਾਹਿਬ ਨੇ, ਇੱਥੇ ਰੱਬ ਹੈ, ਇੱਥੇ ਕੋਈ ਮਾੜਾ ਕੰਮ ਨਹੀਂ ਕਰਨਾ, ਇਸੇ ਤਰ੍ਹਾਂ ਮੇਰੇ ਮਨ ਅੰਦਰ ਆਪਣੀ ਕਾਰ ਦੇ ਵਿੱਚ ਵੀ ਭੈ ਹੋਵੇ ਕਿ ਇੱਥੇ ਵੀ ਰੱਬ ਹੈ, ਮੇਰੇ ਆਪਣੇ ਘਰ ਅੰਦਰ ਵੀ ਡਰ ਹੋਵੇ ਕਿ ਇੱਥੇ ਵੀ ਰੱਬ ਹੈ, ਆਪਣੀ ਦੁਕਾਨ ਵਿੱਚ ਵੀ ਡਰ ਹੋਵੇ ਕਿ ਹਾਂ ਇੱਥੇ ਵੀ ਵਾਹਿਗੁਰੂ ਹੈ, ਆਪਣੇ ਆਫਿਸ ਵਿੱਚ ਵੀ ਹੋਵੇ ਕਿ ਹਾਂ ਇੱਥੇ ਵੀ ਰੱਬ ਹੈ। ਜਦੋਂ ਇਸ ਤਰ੍ਹਾਂ ਅਸੀਂ ਵਿਚਰਾਂਗੇ ਤਾਂ ਸਾਡਾ ਉਹੀ ਸਿਮਰਨ ਬਣ ਜਾਏਗਾ, ਸਾਡਾ ਹਰ ਵਕਤ ਸਾਡਾ ਸਿਮਰਨ ਦੇ ਵਿੱਚ ਬਤੀਤ ਹੋਵੇਗਾ ਜਦੋਂ ਇਸ ਢੰਗ ਨਾਲ ਅਸੀਂ ਜੀਵਨ ਜੀਵਾਂਗੇ। ਜੀ, ਸੋ ਇਹ ਜੇਕਰ ਇੰਨਾ ਸਿੰਪਲ ਜੋ ਗੁਰਬਾਣੀ 'ਚ ਲਿਖਿਆ ਹੋਇਆ, ਪਰ ਅੱਜ ਜਿਹੜਾ ਇਹ ਨਵਾਂ ਟ੍ਰੈਂਡ ਚੱਲ ਪਿਆ ਗੁਰਦੁਆਰਿਆਂ ਵਿੱਚ ਵੀ ਅਤੇ ਸਰੀ ਵਿੱਚ ਵੀ ਅਤੇ ਹੋਰ ਕੈਨੇਡਾ ਦੇ ਹੋਰ ਥਾਵਾਂ ਦੇ ਉੱਤੇ ਵੀ, ਸਪੈਸ਼ਲ ਇੱਕ ਇੱਕ ਦੋ ਦੋ ਘੰਟੇ ਬੈਠ ਕੇ ਅੱਖਾਂ ਮੀਚ ਕੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈਗਾ, ਅਤੇ ਇਹ ਫਿਰ ਜਿੱਥੇ ਤਾਂ ਤ੍ਰਿਲੋਚਨ ਜੀ ਕਹਿ ਰਹੇ ਨੇ ਕਿ ਅੱਖਾਂ ਮੀਟ ਕੇ ਉਹ ਸਮਾਧੀ ਲਾ ਕੇ, ਸਾਡੇ ਧਰਮ 'ਚ ਤਾਂ ਕੋਨਸੈਪਟ ਨਹੀਂ, ਹਾਂ ਜਿਸ ਧਰਮ 'ਚ ਉਸਨੂੰ ਮੁਬਾਰਕ ਹੋਵੇ, ਪਰ ਇਹ ਚੀਜ਼ ਜਿਹੜੀ ਸਾਡੇ 'ਤੇ ਅੱਜ ਭਾਰੂ ਹੋ ਰਹੀ ਹੈ, ਇਸਦਾ ਕੀ ਫਾਇਦਾ ਜਾਂ ਨੁਕਸਾਨ ਹੋ ਰਿਹਾ? ਇਹਦਾ ਫਾਇਦਾ ਕੋਈ ਨਹੀਂ ਹੋ ਰਿਹਾ, ਇਹਦਾ ਨੁਕਸਾਨ ਇਹ ਹੋ ਰਿਹਾ ਕਿ ਜੋ ਅਸੀਂ ਅਸਲ ਜੋ ਸਿਧਾਂਤ ਨੇ ਜੀ, ਅਸਲ ਜੋ ਗੁਰਮਤਿ ਦੀ ਵਿਚਾਰਧਾਰਾ ਹੈ, ਅਸੀਂ ਉਹਦੇ ਤੋਂ ਟੁੱਟ ਕੇ ਅਸੀਂ ਹੋਰ ਪਾਸੇ ਜੁੜਦੇ ਜਾ ਰਹੇ ਹਾਂ ਜੀ। ਜੋ ਅਸਲ ਕਨਸੈਪਟ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਸਿਮਰਨ ਕੀ ਹੈ, ਰੱਬ ਦੀ ਯਾਦ, ਅਸੀਂ ਉਸ ਪਾਸੇ ਜੁੜ ਟੁੱਟਦੇ ਜਾ ਰਹੇ ਹਾਂ ਅਤੇ ਉਸ ਤੋਂ ਉਲਟ ਜੁੜਦੇ ਜਾ ਰਹੇ ਹਾਂ। ਅਸੀਂ ਇਸ ਗੱਲ ਨੂੰ ਸਮਝ ਲਿਆ ਕਿ ਸਿਮਰਨ ਕਰਨਾ ਗੁਰਦੁਆਰੇ ਦੇ ਵਿੱਚ, ਸਵੇਰੇ ਸ਼ਾਮ ਨੂੰ ਘੰਟਾ ਸਿਮਰਨ ਕਰਨਾ, ਸਵੇਰੇ ਘੰਟਾ ਸਿਮਰਨ ਕਰਨਾ, ਅਸੀਂ ਇਸ ਗੱਲ ਨੂੰ ਸਮਝ ਲਿਆ ਹੈ, ਪਰ ਅਸੀਂ ਜੋ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਹੈ ਉਹਨੂੰ ਨਹੀਂ ਸਮਝਿਆ ਹੈ ਜੀ, ਉਸਨੂੰ ਆਪਣੇ ਜੀਵਨ ਦੇ ਵਿੱਚ ਬਿਲਕੁਲ ਨਹੀਂ ਲੈ ਕੇ ਆਉਂਦਾ ਹੈ। ਜਦਕਿ ਚਾਹੀਦਾ ਤਾਂ ਇਹ ਸੀ, ਜਿਵੇਂ ਸਤਿਗੁਰੂ ਜੀ ਨੇ ਸਾਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਆਖ ਦਿੱਤਾ ਕਿ ਪਰਮਾਤਮਾ ਦਾ ਸਿਮਰਨ ਹੀ ਤੇਰੇ ਅਸਲ ਜੀਵਨ ਦਾ ਕਾਰਜ ਹੈ, ਅਵਰ ਕਾਜ ਤੇਰਾ ਕਿਤੇ ਨਾਕਾਮ, ਅਤੇ ਹੋਰ ਕੰਮ, ਇੱਥੇ ਹੋਰ ਕੰਮ ਤੋਂ ਭਾਵ ਇਹ ਨਹੀਂ ਹੈ ਕਿ ਆਪਣੇ ਕੰਮ ਧੰਦੇ ਨਹੀਂ ਕਰਨੇ, ਆਪਣਾ ਕਾਰੋਬਾਰ ਨਹੀਂ ਕਰਨਾ, ਇੱਥੇ ਕੰਮ ਧੰਦਿਆਂ ਤੋਂ ਭਾਵ ਇਹ ਹੈ ਕਿ ਮਨੁੱਖ ਨੂੰ ਜਿਹੜੇ ਮਾਇਆ ਦੇ ਮਨ ਦੇ ਧੰਦੇ ਨੇ, ਜਿਵੇਂ ਕਾਮ ਕ੍ਰੋਧ ਹੈ, ਔਗਣ ਨੇ, ਬੁਰਿਆਈਆਂ ਨੇ, ਇਹਨਾਂ ਦੇ ਨਾਲ ਜਿਹੜੀ ਸਾਡੀ ਸਾਂਝ ਹੈ ਇਹਨਾਂ ਨੂੰ ਤੋੜ ਕੇ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੀ ਸੁਰਤ ਨਾਲ ਜੋੜਨਾ ਹੈ, ਇਹ ਹੈ। ਅਤੇ ਇਹਦਾ ਸਾਨੂੰ ਨੁਕਸਾਨ ਇਹ ਹੋ ਰਿਹਾ ਕਿ ਅਸੀਂ
ਜਿੱਥੇ ਗੁਰਦੁਆਰਾ ਜਿਹੜਾ ਹੈ ਉਹ ਗੁਰਮਤਿ ਦ੍ਰਿੜ ਕਰਾਉਣ ਦਾ ਸਾਧਨ ਹੈ। ਗੁਰਦੁਆਰੇ ਦੇ ਵਿੱਚੋਂ ਗੁਰਮਤਿ ਸਾਨੂੰ ਸਮਝ ਆਉਣੀ ਹੈ, ਗੁਰਦੁਆਰੇ ਵਿੱਚੋਂ ਅਸੀਂ ਸਿੱਖਣਾ ਹੈ ਸਿਮਰਨ ਜਿਹੜਾ ਹੈ, ਸੇਵਾ ਜੋ ਹੈ, ਜੋ ਉੱਥੇ ਗੁਣ ਨੇ ਉਹ ਸਿੱਖਣੇ ਨੇ। ਗੁਰਦੁਆਰੇ ਦੇ ਵਿੱਚ ਆਪਾਂ ਉਸ ਗੱਲ ਨੂੰ ਲੈ ਕੇ ਨਹੀਂ ਜਾਣਾ ਹੈ, ਅਸੀਂ ਉੱਥੋਂ ਸਿੱਖਣਾ ਹੈ ਕਿ ਇੱਥੇ ਸੇਵਾ ਕਿਵੇਂ ਕਰਨੀ ਹੈ, ਸਿਮਰਨ ਕਿਵੇਂ ਕਰਨਾ ਹੈ, ਪਰ ਅਸੀਂ ਉੱਥੋਂ ਸਿੱਖ ਕੇ ਉੱਥੇ ਹੀ ਉਸ ਗੱਲ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਸਕੂਲ ਦੇ ਵਿੱਚੋਂ ਪੜ੍ਹ ਕੇ ਅਸੀਂ ਸਕੂਲ ਦੇ ਵਿੱਚ ਹੀ ਉਸ ਗੱਲ ਨੂੰ ਲਿਆਉਣ ਦਾ ਯਤਨ ਕਰ ਰਹੇ ਹਾਂ, ਅਤੇ ਚਾਹੀਦਾ ਤਾਂ ਇਹ ਹੈ ਕਿ ਗੁਰੂ ਘਰ ਵਿੱਚੋਂ ਸਿੱਖ ਕੇ ਅਸੀਂ ਬਾਹਰ ਜਾ ਕੇ ਆਪਣੀ ਸੁਰਤ ਜੋੜੀਏ। ਗੁਰੂ ਘਰ ਦੇ ਵਿੱਚੋਂ ਤਾਂ ਉਪਦੇਸ਼ ਇਹ ਮਿਲਿਆ ਕਿ ਆਪਣੇ ਮਨ ਨੂੰ ਉਸ ਵਾਹਿਗੁਰੂ ਨਾਲ ਜੋੜਨਾ, ਆਪਣੇ ਹੱਥ ਪਾਉਣ 'ਤੇ ਕੰਮ ਕਰ। ਗੁਰਦੁਆਰੇ ਵਿੱਚੋਂ ਤਾਂ ਇਹ ਉਪਦੇਸ਼ ਮਿਲਿਆ, ਪਰ ਅਸੀਂ ਇਹਨੂੰ ਉਲਟ ਲੈ ਬੈਠੇ, ਅਸੀਂ ਇਸ ਨੂੰ ਉਲਟਾ ਲੈ ਲਿਆ, ਅਸੀਂ ਸਹੀ ਗੱਲ ਜੋ ਸੀ ਉਹਨੂੰ ਆਪਣੇ ਜੀਵਨ ਵਿੱਚ ਨਹੀਂ ਲਿਆ ਸਕੇ। ਸੋ ਇਹ ਹੁਣ ਇਹਦੇ ਉੱਤੇ ਵੀ ਜਿਹੜਾ ਵਿਵਾਦ ਛਿੜਦਾ ਜੀ ਕਿ ਇਹ ਤਰਕ ਦੀਆਂ ਗੱਲਾਂ ਨੇ, ਇਹ ਸ਼ਰਧਾ ਜਿਹੜੀ ਹੈਗੀ ਹੈ ਇਸ ਨੂੰ ਇੱਕ ਸੱਟ ਵੱਜਦੀ ਹੈਗੀ ਹੈ। ਅੱਜ ਇਹੀ ਸੋਚ ਨਾਲ ਬਹੁਤ ਵੱਡਾ ਇੱਕ ਨੁਕਸਾਨ ਹੋ ਰਿਹਾ ਕਿ ਅਸੀਂ ਬਹੁਤ ਇੱਕ ਵੱਡਾ ਵਰਗ ਜੋ ਹੈ, ਖਾਸ ਤੌਰ 'ਤੇ ਯੰਗਸਟਰਸ ਜਿਹੜੇ ਸਾਡੇ, ਉਹਨਾਂ ਨੂੰ ਅਸੀਂ ਤੋੜ ਰਹੇ ਹਾਂ ਧਰਮ ਤੋਂ। ਕਿਉਂਕਿ ਜਦੋਂ ਇੱਕ ਪਾਸੇ ਅਸੀਂ ਕਹਿੰਦੇ ਜੀ ਸਿੱਖਿਜ਼ਮ ਬੜਾ ਸਾਇੰਟੀਫਿਕ ਰਿਲੀਜਨ, ਦੂਸਰੇ ਪਾਸੇ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਕੇ ਉਹਨਾਂ ਸਾਹਮਣੇ ਆਉਂਦੇ ਹਾਂ ਅਤੇ ਜਦੋਂ ਸਵਾਲ ਪੁੱਛਦੇ ਨੇ ਤਾਂ ਅਸੀਂ ਕਹਿੰਦੇ ਜੀ ਨਹੀਂ, ਇਹ ਸ਼ਰਧਾ ਦੇ ਅਧੀਨ ਸਭ ਚੀਜ਼ ਹੁੰਦੀ ਹੈਗੀ ਹੈ। ਸੋ ਉਹਦੇ ਨਾਲ, ਕਿਉਂਕਿ ਤੁਸੀਂ ਵੀ ਜਾ ਕੇ ਇੱਕ ਯੰਗਸਟਰ ਹੋ, ਵਾਰਤਾਲਾਪ ਕਰਦੇ ਹੋ ਯੰਗਸਟਰ ਨਾਲ ਵੀ, ਉਹਨਾਂ ਦੇ ਕੀ ਵਿਚਾਰ ਅੱਗੇ ਆ ਰਹੇ ਨੇ, ਅਤੇ ਇੱਕ ਜਿਹੜੀ ਇੱਕ ਨਵੀਂ ਜਮਾਤ ਮੈਂ ਕਹਾਂ ਜਿਹੜੀ ਅਸੀਂ ਪੈਦਾ ਕਰ ਰਹੇ ਹਾਂ ਕਿ ਅੱਖਾਂ ਮੀਟ ਕੇ ਸਮਾਧੀਆਂ ਲਾਉਣ ਦੀ, ਜਦਕਿ ਇਹ ਤੋਂ ਗੁਰੂ ਨੇ ਸਾਨੂੰ ਵਰਜਿਤ ਕੀਤਾ ਸੀ। ਪਰ ਜੇਕਰ ਕੋਈ ਇਸਦਾ ਵਿਰੋਧ ਕਰਦਾ ਤਾਂ ਉਸਨੂੰ ਤਰਕਵਾਦੀ ਕਹਿ ਦਿੱਤਾ ਜਾਂਦਾ ਜਾਂ ਪੰਥ ਵਿਰੋਧੀ ਕਹਿ ਦਿੱਤਾ ਜਾਂਦਾ, ਨਾਸਤਕ ਸ਼ਬਦ ਵੀ ਵਰਤ ਲਿਆ ਜਾਂਦਾ ਉਹਨਾਂ ਵਾਸਤੇ। ਅਤੇ ਸਾਨੂੰ ਜਿਵੇਂ ਤੁਸੀਂ ਯੰਗਸਟਰ ਦੀ ਗੱਲ ਕੀਤੀ, ਕਈ ਵਾਰ ਨੌਜਵਾਨ ਵੀਰ ਭੈਣ ਇਸ ਗੱਲ ਇਹ ਸਵਾਲ ਕਰਦੇ ਨੇ ਕਿ ਸਾਨੂੰ ਉਹ ਕੁਝ ਕਰਨਾ ਚਾਹੀਦਾ ਹੈ, ਕਿਉਂਕਿ ਉਹ ਆਪਣੇ ਮਾਤਾ ਪਿਤਾ ਵੱਲ ਵੇਖਦੇ ਨੇ। ਇੱਥੇ ਸਰੀ ਦੇ ਵਿੱਚ ਹੀ ਇੱਕ ਐਸਾ ਪਰਿਵਾਰ ਮਿਲਿਆ, ਉਹਨਾਂ ਦੀ ਲਗਭਗ 16-17 ਸਾਲ ਦੀ ਬੱਚੀ, ਅਤੇ ਉਹਨਾਂ ਨੇ ਗੱਲ ਆਖੀ, ਕਹਿੰਦੇ ਸਾਡੇ ਪਿਤਾ ਜੀ ਕਰਦੇ ਨੇ ਸਵੇਰੇ ਸਵੇਰੇ ਉੱਠਦੇ ਨੇ। ਮੈਂ ਕਿਹਾ ਵੀ ਉੱਠਣਾ ਕੋਈ ਮਾੜਾ ਕਰਮ ਨਹੀਂ ਹੈ, ਵੀ ਸਿਮਰਨ ਕਰਨਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ। ਕਹਿੰਦੇ ਹਾਂ ਬਿਲਕੁਲ ਚੰਗੀ ਗੱਲ ਹੈ, ਪਰ ਹੁੰਦਾ ਕੀ ਹੈ ਉਹ ਬਾਕੀਆਂ ਨੂੰ ਵੀ ਡਿਸਟਰਬ ਕਰਦੇ ਨੇ। ਹੁਣ ਇੱਥੇ ਮਤਲਬ ਇਹਦਾ ਇਹ ਨਹੀਂ ਹੈ ਕਿ ਉਹਨਾਂ ਦੇ ਪਿਤਾ ਜੀ ਗਲਤ ਕਰਦੇ ਨੇ, ਪਰ ਗੱਲ ਇਹ ਹੈ ਕਿਉਂਕਿ ਕਈ ਵਾਰ ਬੱਚੇ ਜਾਂ ਜੋਬ ਤੋਂ ਲੇਟ ਆਉਂਦੇ ਨੇ, ਕਈ ਵਾਰ ਆਪ ਜਾਣਦੇ ਕੋਈ ਨਾਈਟ ਸ਼ਿਫਟ ਹੁੰਦੀ ਹੈ, ਅਤੇ ਉਹ ਜਦੋਂ ਉੱਚੀ ਉੱਚੀ ਆਪਾਂ ਰੱਟਣ ਲਾਉਂਦੇ ਹਾਂ, ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਬਹੁਤ ਜ਼ਿਆਦਾ ਉੱਚੀ ਕਹਿੰਦੇ ਹਾਂ, ਅਤੇ ਫਿਰ ਉਹਦੇ ਨਾਲ ਦੂਸਰਾ ਵੀ ਡਿਸਟਰਬ ਹੁੰਦਾ ਹੈ। ਅਤੇ ਚਾਹੀਦਾ ਤਾਂ ਇਹ ਸਿਮਰਨ ਦਾ ਮਤਲਬ ਇਹੀ ਹੈ ਕਿ ਅਸੀਂ ਵਾਹਿਗੁਰੂ ਨਾਲ ਆਪਣੇ ਆਪ ਨੂੰ ਜੋੜਨਾ, ਸਗੋਂ ਲੋਕ ਮੇਰੇ ਤੋਂ ਖੁਦ ਪ੍ਰਭਾਵਿਤ ਹੋਣ, ਮੈਨੂੰ ਕਹਿਣਾ ਨਾ ਪਵੇ ਕਿਸੇ ਨੂੰ ਕਿ ਤੂੰ ਸਿਮਰਨ ਕਰ। ਮੈਂ ਇੱਕ ਇੱਥੇ ਗੱਲ ਆਖ ਦੇਵਾਂ, ਸਾਡੇ ਪ੍ਰੋਫੈਸਰ ਸਾਹਿਬ ਨੇ ਮਨਿੰਦਰਪਾਲ ਸਿੰਘ, ਉਹਨਾਂ ਦਾ ਜੀਵਨ ਇੰਨਾ ਉੱਚਾ ਸੁੱਚਾ ਹੈ ਕਿ ਉਹ ਕਦੇ ਕਿਸੇ ਨੂੰ ਨਹੀਂ ਕਹਿੰਦੇ ਕਿ ਤੂੰ ਸਿਮਰਨ ਕਰ, ਕਿ ਤੂੰ ਵਾਹਿਗੁਰੂ ਕਹਿ। ਉਹਨਾਂ ਦੇ ਕੋਲ ਬੈਠਿਆਂ ਤੁਹਾਨੂੰ ਖੁਦ ਨੂੰ ਅਹਿਸਾਸ ਹੁੰਦਾ ਕਿ ਹਾਂ ਸਿਮਰਨ ਕਰਨਾ ਚਾਹੀਦਾ ਹੈ। ਅਤੇ ਜਦਕਿ ਜੋ ਹੁਣ ਬੱਚੇ ਜਿਹੜੇ ਨੇ ਉਹ ਇਸ ਕਰਕੇ ਗੁਰੇਜ਼ ਕਰ ਰਹੇ ਨੇ ਕਿਉਂਕਿ ਵੇਖਦੇ ਨੇ ਕਿ ਸਿਮਰਨ ਜਿਹੜਾ ਹੈ ਉਹ ਲਗਾਤਾਰ ਉਹ ਤੋਤਾ ਰਟਣ ਦੀ ਤਰ੍ਹਾਂ ਹੋ ਰਿਹਾ, ਸਿਮਰਨ ਦੇ ਮਾਇਨੇ ਕੁਝ ਹੋਰ ਨੇ, ਐਂਡ ਉਹ ਰਿਫਲੈਕਟ ਨਹੀਂ ਹੋ ਰਿਹਾ ਜਿਹੜਾ ਵਿਅਕਤੀ ਕਹਿ ਰਿਹਾ ਉਸ ਜੀਵਨ ਵਿੱਚ। ਜਦੋਂ ਰਿਫਲੈਕਟ ਹੁੰਦਾ ਤਾਂ ਬੱਚੇ ਉਸ ਨਾਲ ਕੋਰਿਲੇਟ ਕਰ ਨਹੀਂ ਸਕਦੇ। ਹਾਂਜੀ, ਜਿਸ ਤਰ੍ਹਾਂ ਤੁਸੀਂ ਆਪਣੇ ਟੀਚਰ ਸਾਹਿਬ ਦਾ ਐਗਜ਼ਾਮਪਲ ਲਿੱਤਾ, ਗੁਰੂ ਸਾਹਿਬ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਕਿਤੇ ਵੀ ਜਾ ਕੇ ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਸਿੱਖ ਬਣੋ, ਪਰ ਉਹਨਾਂ ਦਾ ਜੋ ਕਿਰਦਾਰ ਸੀ, ਉਹਨਾਂ ਦੀ ਜੋ ਕਥਨੀ ਸੀ ਤੇ ਕਰਨੀ ਸੀ, ਉਹਨੂੰ ਵੇਖ ਕੇ ਹੀ ਲੋਕ ਪ੍ਰਭਾਵਿਤ ਹੋ ਗਏ। ਜੀ ਬਿਲਕੁਲ ਬਿਲਕੁਲ, ਐਸਾ ਹੈ ਵੀ ਕਿਉਂਕਿ ਜੀਵਨ ਹੀ ਐਸਾ ਉੱਚਾ ਸੁੱਚਾ ਹੋਣਾ ਚਾਹੀਦਾ ਹੈ ਕਿ ਸਾਡਾ ਜੀਵਨ ਹੀ ਗੁਰਦੁਆਰਾ ਬਣ ਜਾਏ, ਸਾਡਾ ਜੀਵਨ ਹੀ ਧਰਮ ਸਥਾਨ ਬਣ ਜਾਏ, ਕਿ ਜਿਸ ਨੂੰ ਵੇਖ ਕੇ ਲੋਕ ਪ੍ਰਭਾਵਿਤ ਹੋਣ ਕਿ ਹਾਂ ਇਹ ਮਨੁੱਖ ਜੋ ਹੈ ਇਹ ਸਿਮਰਨ ਕਰਨ ਵਾਲਾ ਹੈ, ਇਹ ਰੱਬ ਦਾ ਭਗਤ ਹੈ, ਕਿਉਂਕਿ ਉਹ ਜੀਵਨ ਤੋਂ ਪਤਾ ਲੱਗਣਾ ਹੈ, ਚਿਹਰੇ ਤੋਂ ਪਤਾ ਲੱਗਣਾ ਹੈ ਸਾਡੇ ਚਿਹਰੇ 'ਤੇ। ਹੁਣ ਜਿਵੇਂ ਫਰੀਦ ਸਾਹਿਬ ਜੀ ਦਾ ਬਹੁਤ ਪਿਆਰਾ ਬਚਨ, ਕਹਿੰਦੇ ਇਨਸਾਨ ਵੇਖਣ ਨੂੰ ਧਰਮੀ ਹੈ, ਕਹਿੰਦੇ ਉਹਨਾਂ ਨੇ ਕਿਉਂਕਿ ਇਸਲਾਮ ਨਾਲ ਸੰਬੰਧਿਤ ਸਨ ਇਸ ਕਰਕੇ ਉਹਨਾਂ ਨੇ ਇਸਲਾਮ ਦੀ ਉਦਾਹਰਣ ਲਈ, ਕਹਿੰਦੇ ਮੋਢੇ ਉੱਤੇ ਮੁਸੱਲਾ ਰੱਖਿਆ ਅਤੇ ਉਹਨੇ ਖਫਣੀ ਪਹਿਨੀ ਹੋਈ ਹੈ, ਅਤੇ ਪਰ ਹੈ ਕੀ ਹੈ ਜ਼ੁਬਾਨ 'ਤੇ ਉਹਦੇ ਵਾਹਿਗੁਰੂ ਵਾਹਿਗੁਰੂ ਹੈ, ਅੱਲਾ ਅੱਲਾ ਹੈ, ਪਰ ਹਿਰਦੇ ਵਿੱਚ ਕੈਂਚੀ ਲਈ ਬੈਠਾ ਹੈ। ਫਰੀਦ ਸਾਹਿਬ ਆਖਦੇ ਨੇ ਫਰੀਦਾ ਕੰਨ ਮੁਸੱਲਾ ਸੂਫ ਗੜ ਦਿਲ ਕਾਤੀ, ਕਾਤੀ ਦਾ ਅਰਥ ਹੁੰਦਾ ਕੈਂਚੀ, ਕਹਿੰਦੇ ਦਿਲ ਕਾਤੀ ਗੁੜਵਾਤ ਬਾਹਰ ਦੀ ਸਹਿ ਚਾਨਣਾ ਦਿਲ ਅੰਧਿਆਰੀ ਰਾਤ, ਕਿ ਬਾਹਰ ਚਾਨਣ ਦੀਦਾ ਵਾਹਿਗੁਰੂ ਵਾਹਿਗੁਰੂ, ਬਾਹਰੋਂ ਦੀਦਾ ਬਾਹਰੋਂ ਸਿਮਰਨ ਹੈ, ਪਰ ਅੰਦਰ ਸਿਮਰਨ ਹੈ ਕੋਈ ਨਹੀਂ, ਅੰਦਰ ਉਹਦੇ ਗੁਣ ਹੈ ਕੋਈ ਨਹੀਂ, ਅੰਦਰ 'ਤੇ ਕੈਂਚੀ ਲਈ ਬੈਠਾ ਹੈ, ਜ਼ੁਬਾਨ 'ਤੇ ਗੁੜ ਵਰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਨੇ। ਅੱਜ ਸਾਨੂੰ ਇਸ ਸ਼ਬਦ ਤੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਮਨੁੱਖ ਜ਼ੁਬਾਨ ਤੋਂ ਤਾਂ ਰੱਬ ਦਾ ਨਾਮ ਲੈਂਦਾ, ਪਰ ਹਿਰਦੇ ਦੇ ਵਿੱਚ ਉਹ ਕੈਂਚੀ ਲੈ ਕੇ ਬੈਠਾ, ਈਰਖਾ ਦੇ ਨਾਲ, ਨਫ਼ਰਤ ਦੇ ਨਾਲ ਭਰਿਆ ਹੈ। ਆਪਾਂ ਅਰਦਾਸ ਰੋਜ਼ਾਨਾ ਕਰਦੇ, ਅਰਦਾਸ ਦੇ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਹੁਣ ਉੱਥੇ ਸ਼ਬਦ ਵਰਤਿਆ ਗਿਆ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਹੁਣ ਕਮਾਲ ਦੀ ਗੱਲ ਹੈ, ਇਹ ਪੰਥ ਨੇ ਤਿੰਨ ਵੇਰਾਂ ਸ਼ਬਦ ਲਿਖਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਇੱਕ ਵਾਰੀ ਵੀ ਲਿਖ ਸਕਦੇ ਸਨ। ਇੱਥੇ ਇੱਕ ਗੱਲ ਹੋਰ ਹੈ, ਇੱਥੇ ਬੋਲਣਾ ਨਹੀਂ ਹੁੰਦਾ, ਇੱਥੇ ਸਿਰਫ ਅਰਦਾਸ ਕਰਨੀ ਹੈ। ਜਿੱਥੇ ਬੋਲਣ ਵਾਸਤੇ ਆਖਿਆ ਜਾਂਦਾ ਬੋਲੋ ਜੀ, ਉੱਥੇ ਬੋਲਣਾ, ਇੱਥੇ ਸਿਰਫ ਹੁਣ ਬੇਨਤੀ ਕੀਤੀ ਜਾ ਰਹੀ ਹੈ। ਹੁਣ ਇੱਥੇ ਤਿੰਨ ਵਾਰੀ ਸ਼ਬਦ ਕਿਉਂ ਆਇਆ ਹੈ, ਇਹ ਵਿਚਾਰ ਮੰਗਦਾ, ਕਿਉਂਕਿ ਗੁਰਬਾਣੀ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ। ਕਈ ਵਾਰ ਤੁਹਾਨੂੰ ਐਸੇ ਬੰਦੇ ਮਿਲਣਗੇ ਜਿਹੜੇ ਆਖਣਗੇ ਜੀ ਮਨ ਸਾਫ਼ ਹੋਣਾ ਚਾਹੀਦਾ ਹੈ, ਹੋਰ ਕੁਛ ਕਰਨ ਦੀ ਲੋੜ ਨਹੀਂ। ਕਈ ਆਖਣਗੇ ਜੀ ਤੁਹਾਨੂੰ ਚੰਗਾ ਜੀਵਨ ਜਿਉਣਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ, ਅਤੇ ਹੋਰ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਕਈ ਬੰਦੇ ਐਸੇ ਵੀ ਨੇ ਚੰਗੇ ਕੰਮ ਕਰਨੇ ਚਾਹੀਦੇ ਨੇ। ਹੁਣ ਗੁਰੂ ਸਾਹਿਬ ਨੇ ਪੰਥ ਨੇ ਤਿੰਨਾਂ ਗੱਲਾਂ ਜਿਹੜੀਆਂ ਸਨ ਇਹ ਇਸ ਤਿੰਨਾਂ ਸ਼ਬਦਾਂ ਦੇ ਵਿੱਚ ਅੰਕਿਤ ਕਰ ਦਿੱਤੀਆਂ ਕਿ ਪਰਮਾਤਮਾ ਦਾ ਨਾਮ ਕਿਵੇਂ ਚਿੱਤਾ ਆਵੇ, ਬਚਨ ਕਰਕੇ, ਕਰਮ ਕਰਕੇ, ਮਨ ਕਰਕੇ, ਤਿੰਨ। ਹਾਂਜੀ ਜੀ, ਮਨ ਬਚ ਕਰਮ ਕਰਕੇ ਵਾਹਿਗੁਰੂ ਚਿੱਤ ਆਵੇ ਖਾਲਸੇ ਨੂੰ। ਇਕੱਲਾ ਜ਼ੁਬਾਨ ਕਰਕੇ ਚੇਤੇ ਨਾ ਆਵੇ, ਇਕੱਲਾ ਮਨ ਕਰਕੇ ਚੇਤੇ ਨਾ ਆਵੇ, ਇਕੱਲਾ ਕਰਮਾਂ ਕਰਕੇ ਚੇਤੇ ਨਾ ਆਵੇ, ਤਿੰਨੋ ਗੁਣ ਹੋਣ, ਕਿ ਉਹਦੀ ਜ਼ੁਬਾਨ 'ਤੇ ਵੀ ਵਾਹਿਗੁਰੂ ਹੋਵੇ, ਉਹਦੇ ਮਨ ਵਿੱਚ ਵੀ ਵਾਹਿਗੁਰੂ ਹੋਵੇ, ਉਹਦੇ ਕੰਮਾਂ ਵਿੱਚੋਂ ਵੀ ਝਲਕੇ ਕਿ ਹਾਂ ਇਹ ਮਨੁੱਖ ਵਾਕਿਆ ਹੀ ਸਿਮਰਨ ਕਰਨ ਵਾਲਾ ਹੈ। ਇਹ ਗੱਲ ਸਾਨੂੰ ਇਹ ਸਪਸ਼ਟ ਕਰਦੀ ਹੈ ਕਿ ਮਨੁੱਖ ਜਿਸ ਨੇ ਜ਼ੁਬਾਨ ਤੋਂ ਵਾਹਿਗੁਰੂ ਕਿਹਾ, ਉਹਦੇ ਮਨ ਦੇ ਵਿੱਚ ਵੀ ਮਨ ਕਾ ਬੁਰ ਪਰ ਕਾ ਬੁਰਾ ਨਾ ਰੱਖੋ ਚੀਤ, ਇਹ ਭਾਵਨਾ ਉਹਦੇ ਜੀਵਨ ਵਿੱਚ ਹੋਵੇ, ਉਹਦੇ ਜੀਵਨ ਵਿੱਚ ਇਹ ਹੋਵੇ ਕਿ ਉਹ ਚੰਗਾ ਕਰਮ ਕਰੇ, ਕੋਈ ਮਾੜਾ ਨਾ ਕਰੇ। ਜਿਵੇਂ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਜੇ ਕਿਸੇ ਦਾ ਵੀ ਆਪਣੇ ਮਨ ਅੰਦਰ ਬੁਰਾ ਨਹੀਂ ਰੱਖਣਾ, ਮਨ ਆਪਣੇ 'ਤੇ ਬੁਰਾ ਮਿਟਾਨਾ, ਆਪਣੇ ਤੋਂ ਮਨ ਬੈਰ ਭਾਵਨਾ ਨੂੰ ਖਤਮ ਕਰ ਲੈਣਾ, ਇਹ ਹੱਥਾਂ ਦੇ ਨਾਲ ਚੰਗੇ ਕਰਮ ਕਰਨੇ ਨੇ। ਇਹ ਸਤਿਗੁਰੂ ਜੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਸਿਮਰਨ ਇਸ ਢੰਗ ਨਾਲ ਕੀਤਾ ਜਾਂਦਾ ਹੈ। ਬਿਲਕੁਲ ਸਹੀ ਫਰਮਾਇਆ ਜੀ ਤੁਸੀਂ, ਅਤੇ ਅੱਜ ਜਿਹੜੀ ਸਮੱਸਿਆ ਇਹ ਆ ਰਹੀ ਹੈਗੀ ਜਿਸ ਦੇ ਬਾਰੇ ਤੁਸੀਂ ਬਹੁਤ ਵਿਸਥਾਰ ਵਿੱਚ ਸਾਡੇ ਨਾਲ ਸਾਂਝ ਪਾਈਏ, ਸੋ ਹੁਣ ਸ਼ੁਰੂਆਤ ਕਿੱਥੋਂ ਕੀਤੀ ਜਾਏ ਜਿਸ ਨਾਲ ਕਿ ਮੁੜ ਤੋਂ ਜੋ ਗੁਰੂ ਦਾ ਸਹੀ ਸਿਧਾਂਤ ਹੈ ਉਸ ਨਾਲ ਅਸੀਂ ਜੁੜ ਸਕੀਏ, ਕਿਉਂਕਿ ਅੱਜ ਜਿਸ ਤਰੀਕੇ ਨਾਲ ਇਹ ਇੱਕ ਨਵਾਂ ਕੌਨਸੈਪਟ ਜਿਸ ਦੇ ਬਾਰੇ ਅਸੀਂ ਬੜਾ ਡਿਸਕਸ਼ਨ ਕੀਤੀ, ਫੈਲ ਰਿਹਾ ਬੜੀ ਤੇਜ਼ੀ ਨਾਲ, ਅਤੇ ਜੇਕਰ ਇਸ ਦੇ ਬਾਰੇ ਕੋਈ ਕਹਿੰਦਾ ਕੁਛ ਤਾਂ ਉਸਨੂੰ ਪੰਥ ਵਿਰੋਧੀ ਕਿਹਾ ਜਾਂਦਾ ਹੈ, ਤਾਂ ਇਹਦੇ ਵਾਸਤੇ ਅਖੀਰ ਵਿੱਚ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਜਾਏ? ਇਹਦੇ ਵਿੱਚ ਮੈਂ ਇਹੀ ਗੱਲ ਆਖਣਾ ਚਾਹਾਂਗਾ ਆਪ ਨੂੰ ਵੀ ਅਤੇ ਹੋਰ ਸਰਬੱਤ ਨੂੰ ਕਿ ਜੋ ਸਿਮਰਨ ਹੈ ਉਸ ਨੂੰ ਜਿਵੇਂ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚੋਂ ਸਵਈਆਂ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਨੇ ਇੱਕ ਗੱਲ ਆਖ ਦਿੱਤੀ ਹੈ ਕਿ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਅਤੇ ਇੱਕੋ ਇੱਕ ਸਾਧਨ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਵੀ ਜੇ ਤੁਸੀਂ ਪ੍ਰੇਮ ਦੇ ਨਾਲ ਜਪੋਗੇ, ਪਰਮਾਤਮਾ ਨੂੰ ਪ੍ਰੇਮ ਦੇ ਨਾਲ ਸਿਮਰੋਗੇ, ਅਤੇ ਤੁਸੀਂ ਉਸ ਨੂੰ ਪ੍ਰਾਪਤ ਕਰ ਲਓਗੇ। ਇਸ ਲਈ ਹੋਰ ਸਾਰੇ ਕਰਮ ਛੱਡ ਕੇ, ਤਿਆਗ ਕੇ, ਸਿਰਫ ਪ੍ਰੇਮ ਦੀ ਭਾਸ਼ਾ ਆਪਣੇ ਜੀਵਨ ਦੇ ਵਿੱਚ ਲੈ ਆਈਏ, ਪ੍ਰੇਮ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ, ਸਾਡੀ ਜ਼ੁਬਾਨ ਦੇ ਵਿੱਚ ਜਦੋਂ ਉਹ ਵਾਹਿਗੁਰੂ ਦਾ ਨਾਮ ਹੋਵੇ ਅਤੇ ਸਾਡੇ ਹਿਰਦੇ ਦੇ ਵਿੱਚ ਉਸ ਪ੍ਰਤੀ ਪ੍ਰੇਮ ਹੋਵੇ, ਜਦੋਂ ਸਾਡੇ ਹਿਰਦੇ ਵਿੱਚ ਪ੍ਰੇਮ ਹੋਏਗਾ ਤਾਂ ਅਸੀਂ ਮਨੁੱਖਤਾ ਦੇ ਨਾਲ ਵੀ ਪ੍ਰੇਮ ਕਰਾਂਗੇ, ਅਤੇ ਸਾਡਾ ਹਰ ਇੱਕ ਦੇ ਨਾਲ ਵਿਚਰਨਾ, ਹਰ ਇੱਕ ਦੇ ਨਾਲ ਕਰਮ ਕਰਨਾ, ਸਾਡਾ ਹਰ ਇੱਕ ਪਲ ਸਿਮਰਨ ਬਣ ਜਾਏਗਾ ਜੇ ਅਸੀਂ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਪ੍ਰੇਮ ਦੇ ਵਿੱਚ ਜੁੜ ਜਾਵਾਂਗੇ। ਬਹੁਤ ਖੂਬ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਸਪਸ਼ਟ ਤੌਰ 'ਤੇ ਤੁਸੀਂ ਜਿਹੜਾ ਗੁਰੂ ਬਾਣੀ ਦੀ ਓਟ ਲੈ ਕੇ ਜੋ ਇਹ ਐਕਸਪਲੇਨੇਸ਼ਨ ਦਿੱਤੀ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਇਸ ਪ੍ਰੋਗਰਾਮ ਦੀ ਕਰਦੇ ਜੀ ਇੱਥੇ ਹੀ ਸਮਾਪਤੀ। ਭਾਈ ਸਾਹਿਬ ਨੇ ਬਹੁਤ ਹੀ ਇੰਪੋਰਟੈਂਟ ਟੋਪਿਕ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਅੱਜ ਬਚਨ ਤੱਕ ਹੀ ਅਸੀਂ ਵਾਹਿਗੁਰੂ ਕਹਿਣਾ ਸੀਮਤ ਨਾ ਰੱਖ ਦਈਏ। ਬਹੁਤ ਵਧੀਆ ਗੱਲ ਹੈ ਵਾਹਿਗੁਰੂ ਵਾਹਿਗੁਰੂ ਜਪਣਾ, ਲੇਕਿਨ ਜਦੋਂ ਤੋਂ ਇਹ ਸਿਰਫ ਬਚਨ ਤੱਕ ਰਹਿ ਜਾਂਦਾ ਹੈ ਤਾਂ ਉਹ ਰਿਫਲੈਕਟ ਨਹੀਂ ਹੁੰਦਾ ਸਾਡੇ ਕਰੈਕਟਰ 'ਚੋਂ, ਤਾਂ ਉਸੀ ਕਾਰਨ ਇਹ ਸਮੱਸਿਆਵਾਂ ਆ ਰਹੀਆਂ ਨੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਫੀਡਬੈਕ ਲਈ 604-603-7555 ਜਾਂ ਫਿਰ ਈਮੇਲ ਰਾਹੀਂ harpreet@akaltv.com 'ਤੇ ਸੰਪਰਕ ਕਰ ਸਕਦੇ ਹੋ। ਕਿਸੇ ਵਜ੍ਹਾ ਨਾਲ ਇਹ ਪ੍ਰੋਗਰਾਮ ਨਹੀਂ ਦੇਖ ਸਕੇ ਤਾਂ youtube.com/harpreet-singh-show 'ਤੇ ਜਾ ਕੇ ਮੁੜ ਤੋਂ ਇਹ ਪ੍ਰੋਗਰਾਮ ਦੇਖ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।